हेलो। हाँ जी सत श्रीकाल बच्चे, आज असी नेक्स्ट लैसन शुरू करांगे। थर्ड लैसन है, दैट इज़ इलैक्ट्रोकैमिस्ट्री। इलैक्ट्रोकैमिस्ट्री इलैक्ट्रिसिटी ते कैमिस्ट्री दा कंबीनेशन असी अज पढ़ांगे। इट इज़ द ब्रांच ऑफ साइंस विच डील्स विद द प्रोडक्शन ऑफ इलैक्ट्रिसिटी फ्रॉम एनर्जी रिलीज ड्यूरिंग स्पॉन्टेनियस कैमिकल रिएक्शन। जिहड़ियां कंटिन्यू लगातार कैमिकल रिएक्शन हो रही ने उन्हां दे दौरान जिहड़ी एनर्जी रिलीज़ हुंदी है, एंड द यूज़ ऑफ इलैक्ट्रिकल एनर्जी टू ब्रिंग अबाउट नॉन स्पॉन्टेनियस कैमिकल ट्रांसफॉर्मेशन इज़ कॉल्ड इलैक्ट्रिसिटी। तो वो जिहड़ी एनर्जी नूं यूटिलाइज किया जाएगा तो नॉन स्पॉन्टेनियस कैमिकल ट्रांसफॉर्मेशन होणगियां, दैट ब्रांच इज़ कॉल्ड एज इलैक्ट्रोकैमिस्ट्री। असी प्लस वन दे विच रेडॉक्स रिएक्शन बारे, रेडॉक्स रिएक्शन का पूरा एक लैसन पढ़िया ही। रेडॉक्स दो वर्ड नूं मिलके बनिया होया है, रिडक्शन एंड ऑक्सीडेशन। रिडक्स इत्थे जे डेफिनेशन की गल करिए तो ऑक्सीडेशन असी कहिंदे हुंदे हां इस द प्रोसैस विच इनवॉल्व लॉस ऑफ इलैक्ट्रॉन, तो रिडक्शन इज द प्रोसैस विच इनवॉल्व गेन ऑफ इलैक्ट्रॉन। द रिएक्शन विच इनवॉल्व बोथ ऑक्सीडेशन एंड रिडक्शन आर कॉल्ड रेडॉक्स रिएक्शन। एक सिंपल जी ਸਾਡੇ ਕੋਲ ਇਕੁਏਸ਼ਨ ਹੈ, ਉਹ ਇਕੁਏਸ਼ਨ ਇਹ ਹੈ ਸਾਡੇ ਕੋਲ ਕਿ ਦੈਟ ਇਜ਼, ਜੇ ਮੈਂ ਗੱਲ ਕਰਾਂ ਜਿੰਕ ਪਲੱਸ ਕਾਪਰ ਆਇਨ, ਇਹਦੇ ਦੇ ਕੀ ਹੋ ਗਿਆ ਜਿੰਕ ਆਇਨ ਪਲੱਸ ਕਾਪਰ ਸੋਲਿਡ। ਹੁਣ ਜਿੰਕ ਤੋਂ ਜਿੰਕ ਆਇਨ ਬਣ ਰਹੇ ਆ, ਇਟ ਮੀਨਸ ਇਹਨੇ ਦੋ ਇਲੈਕਟ੍ਰੋਨ ਲੂਜ਼ ਕੀਤੇ ਨੇ ਅਤੇ ਇਹਦਾ ਕੀ ਹੋ ਗਿਆ ਆਕਸੀਡੇਸ਼ਨ। ਕਾਪਰ ਨੇ ਦੋ ਇਲੈਕਟ੍ਰੋਨ ਗੇਨ ਕੀਤੇ ਅਤੇ ਇਹਦਾ ਕੀ ਹੋ ਗਿਆ ਰਿਡਕਸ਼ਨ। ਅਤੇ ਜੋ ਉਹ ਰਿਐਕਸ਼ਨ ਜਿਹਦੇ 'ਚ ਆਕਸੀਡੇਸ਼ਨ ਅਤੇ ਰਿਡਕਸ਼ਨ ਦੋਨੋਂ ਹੋਣ, ਦੈਟ ਇਜ਼ ਕਾਲਡ ਐਸ ਰਿਡੋਕਸ ਰਿਐਕਸ਼ਨ। ਨੈਕਸਟ ਹੈ ਮਟੈਲਿਕ ਕੰਡਕਸ਼ਨ ਐਂਡ ਇਲੈਕਟ੍ਰੋਲਾਈਟਿਕ ਕੰਡਕਸ਼ਨ। ਇਟ ਇਜ਼ ਕੈਰੀਡ ਬਾਏ ਦ ਮੂਵਮੈਂਟ ਆਫ ਇਲੈਕਟ੍ਰੋਨ। ਮਟੈਲਿਕ ਵਿੱਚ ਇਲੈਕਟ੍ਰੋਨ ਦੀ ਮੂਵਮੈਂਟ ਹੈ ਅਤੇ ਇਲੈਕਟ੍ਰੋਲਾਈਟਿਕ ਦੇ ਵਿੱਚ ਆਇਨ ਦੀ ਹੈ। ਇਟ ਇਨਵਾਲਵ ਨੋ ਚੇਂਜ ਇਨ ਦ ਕੈਮੀਕਲ ਪ੍ਰੋਪਰਟੀ ਆਫ ਦ ਕੰਡਕਟਰ। ਤੁਸੀਂ ਮਟੈਲਿਕ ਤਾਰ ਦੀ ਮੈਂ ਗੱਲ ਕਰਾਂ, ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ, ਬਸ ਜਿਹੜਾ ਸੋਲਿਊਸ਼ਨ ਹੈ ਇਲੈਕਟ੍ਰੋਲਾਈਟ ਆ ਉਹਦਾ ਡੀਕੰਪੋਜੀਸ਼ਨ ਹੋ ਜਾਂਦਾ, ਉਹ ਟੁੱਟਣਾ ਸ਼ੁਰੂ ਹੋ ਜਾਏਗਾ। ਇਟ ਡਜ਼ ਨਾਟ ਇਨਵਾਲਵ ਦ ਟ੍ਰਾਂਸਫਰ ਆਫ ਐਨੀ ਮੈਟਰ, ਇਹਦੇ ਵਿੱਚ ਕੋਈ ਵੀ ਮੈਟਰ ਦਾ ਚੇਂਜ ਨਹੀਂ ਆ ਰਿਹਾ, ਬਟ ਇਹਦੇ ਵਿੱਚ ਕੀ ਹੋਏਗਾ ਮੈਟਰ ਦਾ ਵੀ ਚੇਂਜ ਹੋਏਗਾ। ਮਟੈਲਿਕ ਇੰਡਕਸ਼ਨ ਡਿਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਮਟੈਲਿਕ ਕੰਡਕਸ਼ਨ ਡਿਕਰੀਜ਼ ਹੋਏਗੀ ਜਿਉਂ ਜਿਉਂ ਟੈਂਪਰੇਚਰ ਇਨਕਰੀਜ਼ ਹੋਏਗਾ, ਬਟ ਇਲੈਕਟ੍ਰੋਲਿਟਿਕ ਕੰਡਕਸ਼ਨ ਜਿਹੜੀ ਹੈ ਇਨਕਰੀਜ਼ ਹੋਏਗੀ। ਇਹ ਡਿਫਰੈਂਸ ਮੇਨ ਜਿਹੜਾ ਅਸੀਂ ਇਹਦੇ ਵਿੱਚ ਕਰ ਲੈਣਾ। ਨੈਕਸਟ ਹੈ ਦ ਕੰਡਕਟਿਵਿਟੀ ਆਫ ਇਲੈਕਟ੍ਰੋਲਿਟਿਕ ਸੋਲੂਸ਼ਨ ਡਿਪੈਂਡਸ। ਜਿਹੜੀ ਕੰਡਕਟਿਵਿਟੀ ਹੈ ਕਿੰਨਾ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ? ਫਸਟ ਵਨ ਨੇਚਰ ਆਫ ਇਲੈਕਟ੍ਰੋਲਾਈਟ, ਕਿ ਇਲੈਕਟ੍ਰੋਲਾਈਟ ਅਸੀਂ ਕਿਸ ਤਰ੍ਹਾਂ ਦਾ ਯੂਜ਼ ਕਰ ਰਹੇ ਹਾਂ। ਜੇ ਤਾਂ ਉਹਦੇ ਵਿੱਚ ਜਿੰਨੇ ਜ਼ਿਆਦਾ ਆਇਨ ਹੋਣਗੇ ਉਨੀ ਵੱਧ ਹੀ ਉਹਦੀ ਕੰਡਕਸ਼ਨ ਹੋਏਗੀ। ਨੇਚਰ ਆਫ ਸੋਲਵੈਂਟ, ਹੁਣ ਦੇਖੋ ਜਿਹੜਾ ਇਲੈਕਟ੍ਰੋਲਾਈਟ ਹੈ ਜਿੰਨਾ ਜ਼ਿਆਦਾ ਆਇਓਨਾਈਜ਼ ਹੋਏਗਾ ਇਨ ਪੋਲਰ ਸੋਲਵੈਂਟ, ਉਨੀ ਵੱਧ ਉਹਦੀ ਪੋਲੈਰਿਟੀ ਹੋਏਗੀ, ਉਨੀ ਵੱਧ ਉਹਦੀ ਕੰਡਕਸ਼ਨ ਹੋਏਗੀ। ਸਾਈਜ਼ ਆਫ ਦਾ ਆਇਨ, ਜਿੰਨੀ ਜ਼ਿਆਦਾ ਵੱਡਾ ਸਾਈਜ਼ ਹੁੰਦਾ ਜਾਏਗਾ ਆਇਨ ਦਾ, ਉਨੀ ਕੰਡਕਸ਼ਨ ਡਿਕਰੀਜ਼ ਹੁੰਦੀ ਜਾਏਗੀ, ਬਿਕੋਜ਼ ਸੋਲਵੇਸ਼ਨ ਪਾਵਰ ਉਹਦੀ ਇਨਕਰੀਜ਼ ਹੁੰਦੀ ਜਾਏਗੀ। ਨੈਕਸਟ ਹੈ ਕੰਸਨਟ੍ਰੇਸ਼ਨ, ਮੋਲਰ ਕੰਡਕਸ਼ਨ ਇਨਕਰੀਜ਼ਸ। ਜੇ ਉਹਦੀ ਮੋਲਰ ਕੰਡਕਟੈਂਸ ਇਨਕਰੀਜ਼ ਹੋ ਰਹੀ ਹੈ ਵਿਦ ਡਿਕਰੀਜ਼ ਇਨ ਕੰਸਨਟ੍ਰੇਸ਼ਨ। ਜੇ ਜਿੰਨਾ ਜ਼ਿਆਦਾ ਸੋਲੂਸ਼ਨ ਪਤਲਾ ਹੁੰਦਾ ਜਾਏਗਾ ਉਨੀ ਵੱਧ ਉਹਦੀ ਕੰਡਕਸ਼ਨ ਹੋਏਗੀ। ਟੈਂਪਰੇਚਰ, ਅਤੇ ਟੈਂਪਰੇਚਰ ਦੇ ਅਸੀਂ ਪਿੱਛੇ ਵੀ ਪੜ੍ਹਿਆ, ਵਿਦ ਇਨਕਰੀਜ਼ ਇਨ ਟੈਂਪਰੇਚਰ ਦਾ ਕੰਡਕਟਿਵਿਟੀ ਆਫ ਇਲੈਕਟ੍ਰੋਲਾਈਟਿਕ ਸੋਲੂਸ਼ਨ ਇਨਕਰੀਜ਼ਸ। ਠੀਕ ਹੈ, ਇਹ ਸਾਰੇ ਪੁਆਇੰਟ ਲਿਖ ਲਿਓ, ਫਿਰ ਯਾਦ ਕਰ ਲਿਓ, ਅਤੇ ਅਸੀਂ ਫਿਰ ਟੈਸਟ ਮੈਂ ਫਿਰ ਪਾਵਾਂਗਾ, ਅਤੇ ਟੈਸਟ ਨੂੰ ਨਵੀਆਂ ਕਾਪੀਆਂ ਲਾ ਕੇ ਡੇਟ ਵਾਈਜ਼ ਜਿਹੜੇ ਜਿਹੜੇ ਟੈਸਟ ਹੋਣਗੇ ਉਹ ਸਾਰੇ ਲਿਖੋ। ਸੈਕਿੰਡਲੀ, ਨਵੀਆਂ ਕਾਪੀਆਂ ਲਾਓ, ਉਹ ਕਾਪੀਆਂ ਦਾ ਰਿਕਾਰਡ ਰੱਖਣਾ, ਜਦੋਂ ਸਾਨੂੰ ਸਕੂਲ ਵਾਲੇ ਕਹਿਣਗੇ ਅਸੀਂ ਉੱਥੇ ਜਾ ਕੇ ਉਹ ਕਾਪੀਆਂ ਵਿਖਾ ਵੀ ਸਕਦੇ ਹਾਂ। ਠੀਕ ਹੈ, ਸਾਰਿਆਂ ਬੱਚਿਆਂ ਦੀ ਅਟੈਂਡੈਂਸ ਵੀ ਉਹਦੇ 'ਤੇ ਹੋ ਜਾਏਗੀ, ਅਤੇ ਉਹ ਕਾਪੀਆਂ ਮੇਨਟੇਨ ਕਰੋ। ਥੈਂਕ ਯੂ।